ਕਹਿੰਦੇ ਵੀ ਅਸੀਂ ਹੜਤਾਲ ਆ ਇੱਥੇ, ਅਸੀਂ ਕੰਮਾਂ 'ਚ ਬੰਦ ਪਿਆ, ਚੱਲ ਨਹੀਂ ਰਿਹਾ, ਕੋਈ ਦਵਾਈ ਨਹੀਂ, ਕੋਈ ਨਹੀਂ, ਹੜਤਾਲ ਕਹਿੰਦੇ ਇਸ ਬੰਦ ਆ ਜੀ, ਵੀਚੇਅਰ 'ਤੇ ਪਾ ਕੇ ਲੈ ਕੇ ਆਏ ਮਸਾਂ, ਅੱਜ ਬੰਦ ਆ? ਹਾਂਜੀ, ਪਤਾ ਨਹੀਂ ਸੀ ਤੁਹਾਨੂੰ। ਕੋਲਕਾਤਾ 'ਚ ਸਿੱਖਿਆਰਥੀ ਮਹਿਲਾ ਡਾਕਟਰ ਦੇ ਬਲਾਤਕਾਰ ਅਤੇ ਕਤਲ ਤੋਂ ਬਾਅਦ ਪੂਰੇ ਦੇਸ਼ 'ਚ ਰੋਸ ਪਾਇਆ ਜਾ ਰਿਹਾ ਹੈ। ਭਾਵੇਂ ਮਾਮਲਾ CBI ਨੂੰ ਸੌਂਪ ਦਿੱਤਾ ਗਿਆ ਹੈ, ਪਰ ਇਸ ਦੇ ਬਾਵਜੂਦ ਡਾਕਟਰਾਂ ਦਾ, ਮੁਜ਼ਾਰਾਕਾਰੀਆਂ ਦਾ ਗੁੱਸਾ ਸ਼ਾਂਤ ਹੋਣ ਦਾ ਨਾਂ ਹੀ ਨਹੀਂ ਲੈ ਰਿਹਾ। ਸ਼ਾਇਦ ਇਹੀ ਕਾਰਨ ਸੀ ਕਿ ਹੁਣ ਖੁਦ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੂੰ ਸੜਕਾਂ 'ਤੇ ਉਤਰਨਾ ਪਿਆ ਡਾਕਟਰਾਂ ਅਤੇ ਮੁਜ਼ਾਰਾਕਾਰੀਆਂ ਦਾ ਸਾਥ ਦੇਣ ਦੇ ਲਈ। ਮੰਗ ਸੀ ਕਿ ਪੀੜਤਾਂ ਨੂੰ ਜਲਦ ਤੋਂ ਜਲਦ ਇਨਸਾਫ ਮਿਲੇ, CBI ਆਪਣੀ ਜਾਂਚ ਜਲਦ ਤੋਂ ਜਲਦ ਮੁਕੰਮਲ ਕਰੇ। ਰੋਸ ਦੀ ਇਸ ਲਹਿਰ ਦਾ ਅਸਰ ਪੰਜਾਬ ਅਤੇ ਚੰਡੀਗੜ੍ਹ 'ਚ ਵੀ ਲਗਾਤਾਰ ਵੇਖਣ ਨੂੰ ਮਿਲ ਰਿਹਾ ਹੈ। ਪੰਜਾਬ ਦੇ ਸਾਰੇ ਸਰਕਾਰੀ ਹਸਪਤਾਲਾਂ 'ਚ ਡਾਕਟਰ ਹੜਤਾਲ 'ਤੇ ਨਹੀਂ, OPD ਸੇਵਾਵਾਂ ਪੂਰੀ ਤਰ੍ਹਾਂ ਠੱਪ ਨੇ। OPD ਦੇ ਵਿੱਚ ਡਾਕਟਰਾਂ ਦੇ ਵੱਲੋਂ ਮਰੀਜ਼ਾਂ ਦੀ ਜਾਂਚ ਨਹੀਂ ਕੀਤੀ ਜਾ ਰਹੀ। ਹਾਲਾਂਕਿ ਐਮਰਜੈਂਸੀ ਸੇਵਾਵਾਂ ਬਹਾਲ ਨੇ, ਐਮਰਜੈਂਸੀ 'ਚ ਆਉਣ ਵਾਲੇ ਮਰੀਜ਼ਾਂ ਦਾ ਇਲਾਜ ਕੀਤਾ ਜਾ ਰਿਹਾ ਹੈ। ਇਸ ਨਾਲ ਹੀ ਇਸ ਹੜਤਾਲ ਨੂੰ ਮੁਹੱਲਾ ਕਲੀਨਿਕਾਂ ਦੇ ਵਿੱਚ ਤੈਨਾਤ ਡਾਕਟਰਾਂ ਦਾ ਵੀ ਸਮਰਥਨ ਮਿਲ ਰਿਹਾ ਹੈ। ਇਹ ਸਿਰਫ ਇੱਕ ਡਾਕਟਰ ਕੀ ਬਾਤ ਨਹੀਂ ਹੈ ਕਿ ਉਸ ਡਾਕਟਰ ਕੇ ਸਾਥ ਹੋ ਗਿਆ, ਕੋਈ ਵੀ ਕਿਸੇ ਵੀ ਪ੍ਰੋਫੈਸ਼ਨ ਮੇ ਉਸਕੇ ਘਰ ਪੇ ਆ ਕੇ ਉਸਕੇ ਸਾਥ ਐਸਾ ਹੋ ਰਿਹਾ ਹੈ। ਹਮਾਰਾ ਪ੍ਰੋਫੈਸ਼ਨ, ਹਮਾਰਾ ਘਰ ਹੈ, ਦਿਸ ਹਾਸਪਿਟਲ ਇਜ਼ ਆਰ ਹੋਮ, ਔਰ ਹਮਾਰੇ ਘਰ ਪੇ ਆ ਕੇ ਹਮਾਰੇ ਸਾਥ ਐਸਾ ਹੋ ਰਿਹਾ ਹੈ, ਤੋ ਬਾਹਰ ਤੋ ਕਿਆ ਸਿਕਿਉਰਿਟੀ ਹੈ ਹਮਾਰੀ? ਆਜ ਹਮ ਨਹੀਂ ਖੜੇ ਹੋਏ ਨਾ, ਤੋ ਯੇ ਕਭੀ ਨਹੀਂ ਬੰਦ ਹੋਏਗਾ, ਆਜ ਹੀ ਕਰਨਾ ਪੜੇਗਾ, ਸਭ ਕੋ ਕਰਨਾ ਪੜੇਗਾ, ਸਿਰਫ ਡਾਕਟਰ ਹੀ ਕਿਉਂ, ਸਭ ਕਿਉਂ ਨਹੀਂ, ਜੋ ਲੋਕ ਆਪਣੇ ਘਰ ਮੇ ਬੈਠੇ ਹੈ ਵੋ ਵੀ ਕਰੇ। ਸਟ੍ਰਾਈਕ ਹੀ ਸਟ੍ਰਾਈਕ ਹੈ, ਪੈਨ ਇੰਡੀਆ, ਕਿਸੇ ਨੇ ਕਲ ਇੰਡੀਪੈਂਡੈਂਸ ਡੇ ਨਹੀਂ ਮਨਾਇਆ, ਹਮਨੇ ਨਹੀਂ ਬਨਾਇਆ, ਹਮਨੇ ਯੇ ਕਾਲਾ ਧਾਗਾ ਮਾਨਿਆ, ਹਮੇ ਕੋਈ ਇੰਡੀਪੈਂਡੈਂਸ ਨਹੀਂ ਮਿਲੀ। ਮੈਂ ਇਹੀ ਅਪੀਲ ਕਰਨਾ ਚਾਹੂੰਗਾ ਕਿ ਵਿਦਆਊਟ ਐਨੀ ਜੈਂਡਰ ਬਾਇਸ ਸਭ ਨੂੰ ਸਿਕਿਉਰਿਟੀ ਦਿੱਤੀ ਜਾਵੇ, ਬਟ ਵੂਮੈਨਸ ਲਈ ਜ਼ਿਆਦਾ ਦੇਖਿਆ ਜਾਵੇ, ਕਿਉਂਕਿ ਅੱਜ ਜੇ ਆਪਣੀ ਭੈਣ ਭੈਣਾਂ ਹੀ ਨਹੀਂ ਸੇਫ, ਆਪਣੀਆਂ ਮਾਵਾਂ ਹੀ ਨਹੀਂ ਸੇਫ, ਫਿਰ ਆਪਾਂ ਕੀ ਕਰ ਸਕਦੇ ਹਾਂ? ਜੇ ਉਹ ਹੀ ਇੱਦਾਂ ਦਾ ਲਾਅ ਨਹੀਂ ਬਣਾ ਸਕਦੇ ਜਿੱਥੇ ਆਪਣੀ ਸਾਨੂੰ ਸਿਕਿਉਰਿਟੀ ਦੇ ਸਕਣ, ਤਾਂ ਫਿਰ ਕੋਈ ਫਾਇਦਾ ਨਹੀਂ ਸਰਕਾਰਾਂ 'ਚ ਬੈਨ ਦਾ। ਮੈਡੀਕਲ ਪ੍ਰੋਟੈਕਸ਼ਨ ਐਕਟ ਹੈਗਾ ਸਰਕਾਰ ਵੱਲੋਂ ਬਣਾਇਆ ਗਿਆ, ਪਰ ਉਹਦੀ ਇੰਪਲੀਮੈਂਟੇਸ਼ਨ ਕੀ ਹੈ? ਹਮਲੇ ਫਿਰ ਵੀ ਲਗਾਤਾਰ ਡਾਕਟਰਸ ਤੇ ਆਉਂਦੇ ਰਹਿੰਦੇ ਨੇ, FIRs ਹੁੰਦੀਆਂ ਨੇ, ਬਟ ਉਹਦੀ ਪੈਰਵੀ ਕੌਣ ਕਰਦਾ ਹੈ? ਅਸੀਂ ਲਾਜ਼ ਬਣਾ ਦਿੰਦੇ ਹਾਂ, ਪਰ ਉਹਦੀ ਇੰਪਲੀਮੈਂਟੇਸ਼ਨ ਕੀ ਹੈ? ਸਾਡੀ ਸਿਕਿਉਰਿਟੀ ਉੱਥੇ ਦੀ ਉੱਥੇ ਖੜੀ ਹੈ, ਕਾਗਜ਼ਾਂ ਵਿੱਚ ਹੋ ਰਿਹਾ, ਬਟ ਇਨ ਦੀ ਗਰਾਊਂਡ, ਔਨ ਦੀ ਗਰਾਊਂਡ ਰਿਐਲਿਟੀ ਬਹੁਤ ਹੀ ਜ਼ਿਆਦਾ ਘਾਟ ਹੈ ਅਤੇ ਸਿਕਿਉਰਿਟੀ ਇਜ਼ ਵੈਰੀ ਵੈਰੀ ਪੂਅਰ। ਉਦੋਂ ਹੀ ਅਸੀਂ ਸਾਹ ਲਵਾਂਗੇ ਜਦੋਂ ਕੋਈ ਠੋਸ ਉਪਰਾਲਾ ਕਰਕੇ ਸਰਕਾਰ ਜੋ ਸਾਡੀ ਮੰਗ ਹੈ ਸਿਕਿਉਰਿਟੀ ਦੀ ਖਾਸ ਤੌਰ 'ਤੇ ਉਹਨੂੰ ਮੰਨ ਕੇ ਅਮਲ ਵਿੱਚ ਲਿਆ ਕੇ ਸਿਕਿਉਰਿਟੀ ਦੇ ਪੂਰੇ ਪੁਖਤਾ ਇੰਤਜ਼ਾਮ ਕਰੇਗੀ। ਡਾਕਟਰਾਂ ਦੀ ਇਸ ਹੜਤਾਲ ਦੇ ਚੱਲਦਿਆਂ ਮਰੀਜ਼ ਖੱਜਲ ਖੁਆਰ ਹੁੰਦੇ ਨਜ਼ਰ ਆ ਰਹੇ ਨੇ। ਮਰੀਜ਼ਾਂ ਦਾ ਕਹਿਣਾ ਸੀ ਕਿ ਡਾਕਟਰਾਂ ਦੀ ਹੜਤਾਲ ਤਾਂ ਠੀਕ ਹੈ, ਪਰ ਆਖਿਰ ਇਸ ਸਭ 'ਚ ਸਾਡਾ ਕੀ ਕਸੂਰ ਹੈ? ਸਾਨੂੰ ਕਿਉਂ ਪਰੇਸ਼ਾਨ ਕੀਤਾ ਜਾ ਰਿਹਾ ਹੈ? ਹਸਪਤਾਲਾਂ 'ਚ ਆਉਣਾ ਕਿਸੇ ਦਾ ਸ਼ੌਕ ਨਹੀਂ ਹੁੰਦਾ, ਹਰ ਕੋਈ ਆਪੋ ਆਪਣੀ ਤਕਲੀਫ, ਆਪੋ ਆਪਣੀ ਪਰੇਸ਼ਾਨੀਆਂ ਲੈ ਕੇ ਸਰਕਾਰੀ ਹਸਪਤਾਲਾਂ 'ਚ ਪਹੁੰਚਦਾ ਹੈ, ਪਰ ਇੱਥੇ ਹੁਣ ਉਹਨਾਂ ਨੂੰ ਖੱਜਲ ਖੁਆਰ ਹੋਣਾ ਪੈ ਰਿਹਾ ਹੈ, ਕਿਉਂਕਿ ਡਾਕਟਰ ਹੜਤਾਲ 'ਤੇ ਨਹੀਂ। ਵੀ ਕੋਲਕਾਤਾ ਦੇ ਵਿੱਚ ਕਿਸੇ ਲੇਡੀਜ਼ ਨਾਲ ਰੇਪ ਹੋਇਆ, ਵੀ ਮਾਰਤਾ ਉਹਨੂੰ ਕੁੜੀ ਨੂੰ, ਚਲੋ ਆਪਾਂ ਮੰਨਦੇ ਹਾਂ ਉਹਦੇ ਨਾਲ ਗਲਤ ਹੋਇਆ ਜੋ ਵੀ ਹੋਇਆ, ਪਰ ਜੇ OPD ਬੰਦ ਕਰਨਾ ਚਾਹੁੰਦੇ ਨੇ ਕਰ ਸਕਦੇ ਨੇ, ਪਰ ਜਿਹੜੀ ਲੇਡੀਜ਼ ਪ੍ਰੈਗਨੈਂਟ ਨੇ ਜਿਹਨਾਂ ਡਿਲੀਵਰੀ ਹੈ ਉਹਨਾਂ ਦਾ ਕੀ ਬਣੂਗਾ? ਹੁਣ ਜੇ ਮੇਰੀ ਵਾਈਫ ਹੈ, ਇਹਨਾਂ ਦੇ 9 ਮਹੀਨੇ ਤੋਂ 10 ਦਿਨ ਉੱਪਰ ਹੋ ਗਏ ਨੇ, ਜੇ ਇਹਨਾਂ ਨੂੰ ਕੋਈ ਗੱਲ ਹੋ ਗਈ ਜਾਂ 19 ਗੱਲ ਹੋ ਗਈ, ਕੌਣ ਜ਼ਿੰਮੇਵਾਰ ਹੈਗਾ? ਸਰਕਾਰ ਜ਼ਿੰਮੇਵਾਰ ਹੈ ਕਿ ਡਾਕਟਰ ਜ਼ਿੰਮੇਵਾਰ ਹੈ? ਬੇਟੇ ਦੇ ਛਾਤੀ ਦੇ ਸਵੈਲਿੰਗ ਬਹੁਤ ਜ਼ਿਆਦੀ ਆ, ਤੁਰਿਆ ਨਹੀਂ ਜਾਂਦਾ, ਕਾਲਾ ਪੀ ਲਿਆ ਉਹਨਾਂ ਨੂੰ। ਐਮਰਜੈਂਸੀ ਸੇਵਾਵਾਂ ਤਾਂ ਚੱਲ ਰਹੀ, ਐਮਰਜੈਂਸੀ ਦਿਖਾਇਆ? ਹਾਂ, ਐਮਰਜੈਂਸੀ ਜੀ, ਇੱਥੇ ਪਰਚੀ ਕਟਾਉਣੀ ਆ, ਪਹਿਲਾਂ ਟੈਸਟ ਲਿਖ ਕੇ ਦੇਣਗੇ ਤਾਂ ਹੋਣੇ ਆ ਜੀ। ਕੀ ਕਹਿੰਦੇ ਕੀ ਡਾਕਟਰ? ਹੁਣ ਉਹ ਕਹਿੰਦੇ ਪਰਚੀ ਕਟਾ ਕੇ ਲੈ ਕੇ ਆਓ। ਪਰਚੀ ਕੱਟੀ ਜਾ ਰਹੀ ਹੈ? ਇਹ ਪਰਚੀ ਹੈ ਨਹੀਂ ਜੀ, ਬੰਦ ਆ ਜੀ ਪਰਚੀ ਵਾਲੀ, ਅਤੇ ਲੈਬ ਖੁੱਲ੍ਹੀ ਹੋਈ ਆ। ਅਤੇ ਹੁਣ ਬੇਟੇ ਨੂੰ ਦੇਖੋ, VCR 'ਤੇ ਬੈਠਾ, ਮਸਾਂ ਮੈਂ ਲੈ ਕੇ ਆਈ, ਆਪ ਲੱਤ ਧੋਣ ਗਈ ਆ, ਲੱਤ ਟੁੱਟੀ ਹੋਈ ਦੋ ਥਾਵਾਂ ਤੋਂ।
ਦੱਸ ਦਈਏ ਕਿ ਇੰਡੀਅਨ ਮੈਡੀਕਲ ਐਸੋਸੀਏਸ਼ਨ ਨੇ ਵੀ ਇਸ ਮਾਮਲੇ ਨੂੰ ਲੈ ਕੇ 17 ਅਗਸਤ ਤੋਂ ਦੇਸ਼ ਵਿਆਪੀ ਹੜਤਾਲ ਦਾ ਐਲਾਨ ਕੀਤਾ ਹੈ। ਇਸ ਸਮੇਂ ਦੌਰਾਨ ਓਪੀਡੀ ਅਤੇ ਚੋਣਵੀਆਂ ਸਰਜਰੀ ਸੇਵਾਵਾਂ ਰੁਕੀਆਂ ਰਹਿਣਗੀਆਂ, ਜਿਸ ਦੇ ਚੱਲਦਿਆਂ ਆਮ ਲੋਕਾਂ ਨੂੰ ਹੋਰ ਖੱਜਲ ਖੁਆਰ ਹੋਣਾ ਪੈ ਸਕਦਾ ਹੈ। ਬਿਊਰੋ ਰਿਪੋਰਟ, PTC ਨਿਊਜ਼।